ਹਾਂਜੀ ਦੋਸਤੋ ਆਹ ਸਪੀਕਰ ਜਿਹੜਾ ਮੈਂ ਅਨਬਾਕਸਿੰਗ ਕੀਤਾ ਸੀ ਆ ਮੈਂ ਚੈੱਕ ਕਰਕੇ ਦੇਖ ਲਿਆ ਵਾ ਤੇ ਜਿੱਦਾਂ ਇਹਦੇ 'ਚ ਆਹ ਸਪੀਕਰ ਲੱਗਿਆ ਹੋਇਆ ਆ ਸਪੀਕਰ ਆ ਤੇ ਆ ਥੱਲੇ ਆ ਜੀ ਮੈਗਨੇਟ ਆ ਠੀਕ ਹੈ ਜੀ ਤੇ ਐਸ ਸਾਈਡ ਛੋਟੇ ਵਾਲਾ ਯਾਨੀ ਕਿ ਬਿਲਕੁਲ ਛੋਟਾ ਜਿਹੜਾ ਹੁੰਦਾ ਹੈ ਉਹ ਟਵੀਟਰ ਇੱਕ ਮਿੰਟ ਮੈਂ ਦੇਖਾਂ ਹਾਂ ਉਹ ਟਵੀਟਰ ਆ ਬਿਲਕੁਲ ਛੋਟਾ ਜਿਹਾ ਤੇ ਐਸ ਸਾਈਡ ਵੀ ਛੋਟਾ ਟਵੀਟਰ ਆ ਸਪੀਕਰ ਵਾਲਾ ਟਵੀਟਰ ਦੂਜਾ ਸਿੰਪਲ ਸੋਨੀ ਸਪੀਕਰ ਵਾਲਾ ਟਵੀਟਰ ਠੀਕ ਹੈ ਜੀ ਤੇ ਆ ਪਰਦਾ ਯਾਨੀ ਕਿ ਹੈਵੀ ਆ ਇਹ ਤਾਂ ਚੀਜ਼ ਬਾਕੀ ਸਭ ਕੁਝ ਠੀਕ ਆ ਆ ਪਰਦਾ ਜਿੱਦਾਂ ਇਹਦੀ ਆ ਕੋਨ ਆ ਥੋੜੀ ਜੀ ਛੋਟੀ ਆ ਠੀਕ ਹੈ ਜੀ ਨਾਲੇ ਉਹ ਪੇਪਰ ਕੋਨ ਆ ਪੇ ਆ ਪੇਪਰ ਕੋਨ ਆ ਤੇ ਆ ਜਿਹੜੀ ਰਬੜ ਰਿੰਗ ਹੁੰਦਾ ਜਿਹੜਾ ਰਬੜ ਦਾ ਨਹੀਂ ਹੈ ਆ ਕਿਸੇ ਹੋਰ ਮਟੀਰੀਅਲ ਦਾ ਠੀਕ ਹੈ ਜੀ ਬਾਕੀ ਸਪੀਕਰ ਤੇ ਕੋਈ ਕਮੀ ਨਹੀਂ ਜਿੱਦਾਂ Amazon ਤੇ ਮੇਰੇ ਕੋਲ ਡਿਸਕਾਊਂਟ ਚੱਲਦਾ ਪਿਆ ਸੀ ਤਾਂ ਮੈਨੂੰ ਪਿਆ ਆ 2590 ਰੁਪਏ ਦਾ ਤੇ ਅੱਜ ਮੈਂ ਪ੍ਰਾਈਸ ਚੈੱਕ ਕੀਤਾ ਅੱਜ ਆ 2600 ਮੈਂ ਯਾਨੀ ਕਿ 2650 ਰੁਪਏ ਦਾ ਤੇ ਕੱਲ ਮੈਂ ਰੇਟ ਜਿਹੜਾ ਦੱਸਿਆ ਸੀ ਉਹ ਮੇਰੇ ਕੋਲ ਗਲਤੀ ਹੋ ਗਈ ਆ ਵੀਡੀਓ ਮੈਂ ਅੱਜ ਬਣਾਉਂਦਾ ਪਿਆ ਚੈੱਕ ਕਰਕੇ ਠੀਕ ਹੈ ਜੀ ਤੇ ਬਾਕੀ ਅਗਰ ਤੁਸੀਂ ਬਾਹਰੋਂ ਲਓਗੇ ਤਸ 2200 ਦੇ ਅਰਾਊਂਡ ਪਾਊਗਾ ਕਿਉਂਕਿ ਹਲੇ Amazon ਤੇ ਥੋੜਾ ਜਿਹਾ ਡਿਸਕਾਊਂਟ ਚੱਲਦਾ ਪਿਆ 30% ਦਾ ਮਿਲਣ ਲੱਗਦਾ ਤੇ ਆਹ ਜੇ ਪਤੀ ਜਾਲੀ ਆ ਆ ਦੇਖੋ ਜਾਲੀ ਲਾ ਕੇ ਕਿੰਨਾ ਵੱਡਾ ਹੋ ਗਿਆ ਤੇ ਆ 스ਪੀਕਰ ਦਾ ਸਾਈਜ਼ ਦੇਖੋ ਤੇ ਜਾਲੀ ਦਾ ਬਸ ਆ ਆਪਣਾ ਜਾਲੀ ਦੀ ਫਲਾਵਟਾ ਪੂਰੀ ਦਿੱਤੀ ਹੋਈ ਤੇ ਮੈਗਨੇਟਾ ਦੀ ਸਾਈਜ਼ ਦਾ ਮੈਗਨੇਟ ਦਾ ਆਏ ਤੇ ਦੂਜੀ ਚੀਜ਼ ਆ ਮੇਰੇ ਕੋਲ ਟੈਕਟਰ ਚ ਪਹਿਲਾਂ ਹੀ ਲੱਗੇ ਹੋਏ ਨੇ 스피ਕਰ ਠੀਕ ਹੈ ਜੀ ਅੱਜ ਤੋਂ ਮੇਰੇ ਖਿਆਲ ਨਾਲ 4-5 ਸਾਲ ਪਹਿਲਾਂ ਲਾਈ ਸੀ ਤੇ ਆਹ ਸਪੀਕਰ ਮੈਨੂੰ ਪਏ ਸੀ 4200 ਰੁਪਏ ਦਾ pair ਆ ਪਏ ਆ 2590 ਦਾ pair ਆ 4200 ਦੇ ਪਏ ਆ ਠੀਕ ਹੈ ਜੀ ਤੇ ਇਹਦਾ ਸਾਈਜ਼ ਦੇਖ ਲਓ ਆ ਜਿਹੜੀ ਕੋਨ ਹੈ ਇਹਦੀ ਆ ਪਲਾਸਟਿਕ ਦੀ ਆੱਤੇ ਦੀ ਨਹੀਂ ਹੈ ਕੱਪੜੇ ਦੀ ਨਹੀਂ ਹੈ ਪਲਾਸਟਿਕ ਦੀ ਹੈ ਪੂਰੀ ਜਾਦਾ ਹਾਰਡ ਵੀ ਨਹੀਂ ਹੈ ਵੀ ਜਿੱਦਾਂ ਮੋੜ ਨਾਲ ਟੁੱਟ ਜੂਗੀ ਥੋੜੀ ਜੀ ਨਰਮ ਆ ਵੀ ਟੁੱਟੇ ਵੀ ਨਾ ਤੇ ਪਰ ਕਈ ਕਹਿੰਦੇ ਆ ਵੀ ਜਿਹੜੀ ਗੱਤੇ ਵਾਲੀ ਹੁੰਦੀ ਆ ਜਿਹੜੀ ਇਹਦੇ ਚ ਜਿਹੜੀ ਇਹਦੇ ਚ ਇਹਦੀ ਆਵਾਜ਼ ਜ਼ਿਆਦਾ ਵਧੀਆ ਬਣਦੀ ਆ ਪਰ ਮੈਨੂੰ ਆਵਾਜ਼ ਇਹਦੀ ਜ਼ਿਆਦਾ ਵਧੀਆ ਲੱਗਦੀ ਆ ਠੀਕ ਹੈ ਜੀ ਤੇ ਆ ਜਿਹੜੀ ਆ ਦੀ ਰਬੜ ਰਿੰਗਾ ਆ ਰਬੜ ਦਾ ਵੀ ਨਹੀਂ ਹੈ ਤੇ ਜਿੱਦਾਂ ਇਹਦੇ ਚ ਕੱਤੇ ਦਾ ਕੱਤੇ ਦਾ ਵੀ ਨਹੀਂ ਹੈ ਆ ਫੋਮ ਦਾ ਹੈ ਹੋ ਮਿਕਸਰ ਵੱਡਦਾ ਆ ਠੀਕ ਹੈ ਜੀ ਤੇ ਇਹਦੀ ਤੁਸੀਂ ਚਾਲ ਦੇਖੋ ਕਿੰਨੀ ਆ ਜਿੱਦਾਂ ਬੂਫਰ ਦੀ ਚਾਲ ਹੁੰਦੀ ਆ ਉਨੀ ਚਾਲ ਆ ਇਹਦੀ ਐਨ ਪੂਰਾ ਅੰਦਰ ਬਾਹਰ ਹੁੰਦਾ ਤਾਂ ਇਸ ਕਰਕੇ ਐਜੇ ਤੋਂ ਡਬਲ ਵੇਸ ਆ ਇਹਦੀ ਠੀਕ ਹੈ ਜੀ ਮੈਂ ਚੈੱਕ ਕਰ ਲਿਆ ਇੱਕ ਸਾਈਡ ਮੈਂ ਆ ਆਪਣੇ ਪਿੱਠ ਆਪਣੀ ਪੇਟੀ ਚ ਲਾ ਕੇ ਦੇਖਿਆ ਸੀ ਮੇਰੀ ਪੇਟੀ ਚ ਚਾਰ ਸਪੀਕਰ ਲੱਗੇ ਆਂ ਤੇ ਦੇ ਓਵਲ ਤੇ ਦੋ ਤਾਰ ਕੇ ਮੈਂ ਦੋ ਆ ਲਾਇਆ ਸੀ ਦੋ ਆ ਲਾਇਆ ਸੀ ਇੱਕ ਬਟਨ ਲਾ ਲਿਆ ਸੀ ਵੀ ਇੱਧਰ ਕਰੋ ਤਾਂ ਇਹ ਵਾਲੇ ਚੱਲ ਜੂ ਇੱਧਰ ਕਰੋ ਤਾਂ ਇਹ ਵਾਲੇ ਚੱਲ ਜਾਂਦੇ ਸੀ ਤੇ ਇਹਨਾਂ ਦਾ ਦੋਨੋਂ ਦਾ ਇੱਕ ਹੀ ਗਾਣੇ 'ਚ ਕੰਪੈਰੀਸ਼ਨ ਕਰਕੇ ਦੇਖਿਆ ਮੈਂ ਬਟਨ ਨਾਲ ਇੱਕ ਹੀ ਆਵਾਜ਼ ਤੇ ਤਾਂ ਇਹਦਾ ਜਿਹੜਾ ਰਿਜ਼ਲਟ ਸੀ ਉਹ ਇਹਦੇ ਤੋਂ ਡਬਲ ਆ ਡਬਲ 베ਸ ਆ ਪਰ ਜਿਹੜੀ ਆਵਾਜ਼ ਆ ਆਵਾਜ਼ ਦੋਨੋਂ ਦੀ ਬਰਾਬਰ ਆ ਐਦੀ ਆਵਾਜ਼ 'ਚ ਥੋੜੀ ਕੁਆਲਿਟੀ ਆ ਕਿਉਂਕਿ ਇਹਦੇ 'ਚ ਸਿਰਫ ਐਨਕ ਸਪੀਕਰ ਲੱਗੇ ਹੋਇਆ ਸਪੀਕਰ ਨਹੀਂ ਟਵੀਟਰ ਜਿਹਨੂੰ ਆਪਾਂ ਪਿਓਰ ਟਵੀਟਰ ਕਹਿੰਦੇ ਆ ਆਹ ਸਪੀਕਰ ਵਾਲਾ ਟਵੀਟਰ ਆ ਆ ਪਿਓਰ ਟਵੀਟਰ ਆ ਐਨਕ ਆ ਸਿਰਫ ਐਨਕ ਠੀਕ ਹੈ ਦੂਜੀ ਸਾਈਡ ਉਹੀ ਜਿਹੜਾ ਇਹਦੇ 'ਚ ਪੱਤਾ ਜਾਂ ਲੱਗਿਆ ਹੋਇਆ ਦੂਜੀ ਹੈਡ ਉਹੀ ਹੈ ਇਹਦੇ 'ਚ ਪੱਤਾ ਜਾਂ ਲੱਗਿਆ ਹੋਇਆ ਇਹ ਖੁੱਲਦਾ ਨਹੀਂ ਖੋਲ ਕੇ ਦਿਖਾ ਦੇਣਾ ਸੀ ਠੀਕ ਹੈ ਜੀ ਤੇ ਸਪਾਈਡਰ ਦੋਨੋਂ ਦੀ ਹੈਵੀ ਆ ਸਪਾਈਡਰ ਦਾ ਵੈਸੇ ਮੇਨ ਕੋਈ ਐਡਾ ਰੋਲਾ ਨਹੀਂ ਹੁੰਦਾ ਇਹਦੀ ਜ਼ਿਆਦਾ ਹੈਵੀ ਆ ਇਹਦੀ ਥੋੜੀ ਜਿਹੀ ਨਰਮ ਆ ਠੀਕ ਹੈ ਜੀ ਚਲੋ ਕੋਈ ਚੱਕਰ ਨਹੀਂ ਉਦਾ ਆਵਾਜ਼ ਤਾਂ ਹੀ ਜ਼ਿਆਦਾ ਇਹਦੀ ਬਣਦੀ ਪਈ ਮੈਨੂੰ ਲੱਗਦਾ ਤੇ ਦੂਜਾ ਸਾਈਜ਼ ਦੇਖੋ ਤੁਸੀਂ ਮੈਗਨੇਟ ਦਾ ਕੀ ਸਾਈਜ਼ ਆ ਮੈਗਨੇਟ ਦਾ ਇਹ ਇੱਦਾਂ ਦਿਖਾਉਂਦਾ ਐਦਾਂ ਪਤਾ ਲੱਗ ਜੂਗਾ ਆਹ ਸਾਈਜ਼ ਮੈਗਨੇਟ ਦਾ ਐਦਾਂ 1 ਮਿੰਟ ਮੈਨੂੰ ਸਾਈਡ ਤੇ ਰੱਖਦਾ ਤੇ ਦੂਜਾ ਸਾਈਜ਼ ਐਦੀ ਮੈਗਨੇਟ ਤੇ ਦੇਖੋ ਤੁਸੀਂ ਦੇਖ ਲਿਆ ਤੇ ਐ ਸਾਈਡ ਤੋਂ ਦੇਖੋ ਇਹ ਐਦਾਂ ਲੱਗਦਾ ਕਿੰਨਾ ਫਰਕ ਹੈ ਯਾਨੀ ਕਹਦੇ ਤੋਂ ਡਬਲ ਹੀ ਆ ਠੀਕ ਹੈ ਜੀ ਤੇ ਹੁਣ ਗੱਲ ਕਰਦੇ ਆ ਰੇਟ ਦੀ ਆ ਮੈਂ ਪੰਜ ਸਾਲ ਪਹਿਲਾਂ ਦਾ ਰੇਟ ਦੱਸਿਆ ਸੀ ਜਿਹੜਾ ਹੁਣ ਰੇਟ ਚੱਲਦਾ ਪਿਆ ਉਹ 3500 ਜਾਂ 3200 ਤੋਂ 3500 ਦੇ ਵਿੱਚ ਵਿੱਚ ਚੱਲਦਾ ਪਿਆ ਜੇ ਤੁਸੀਂ ਇਹ ਸਪੀਕਰ ਲਓਗੇ ਇਹਦੇ ਤੋਂ ਚੰਗਾ ਆ ਲੈ ਲਓ ਜੇ ਤੁਸੀਂ ਪੈਸੇ ਯਾਨੀ ਕਿ ਥੋੜੇ ਜਿਹਾ ਉੱਤੇ ਲਾ ਸਕਦੇ ਹੋ ਆ ਮੈਂ ਪ੍ਰੇਫਰ ਨਹੀਂ ਕਰਾਂਗਾ ਕਿਉਂਕਿ ਆ ਐਨੇ ਖਾਸ ਸਪੀਕਰ ਹੈ ਨਹੀਂ ਇਹ ਕਹਿੰਦੇ ਵਿੱਚ ਕਾਪੀਆਂ ਦੇ ਉਹ ਆਉਂਦੇ ਆ 1200 ਦੇ ਕਾਪੀ ਤੇ ਇਹਦੀ ਆਵਾਜ਼ ਤੇ ਸਿਰਫ ਥੋੜਾ ਜਿਹਾ ਹੀ ਫਰਕ ਹੈ ਅਧੀ ਤੇ ਅਧਿਵਾਦ ਚ ਬਹੁਤ ਫਰਕ ਆ ਆ ਬਾਇਨਰ ਦੇ ਆ ਜੇਬੀਐਲ ਦੇ ਠੀਕ ਹੈ ਜੀ ਮੈਂ ਕੋਈ ਜੇਬੀਐਲ ਨੂੰ ਪ੍ਰਮੋਟ ਨਹੀਂ ਕਰਦਾਗਾ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਕੋਈ ਚੱਕਰ ਨਹੀਂ ਤੁਸੀਂ ਜੇ ਦੇਖਣੀ ਹੋਏ ਤਾਂ ਪੂਰੀ ਦੇਖਿਓ ਨਹੀਂ ਫੇ ਥੋੜੀ ਬੋਤੀ ਦੇਖਣ ਦਾ ਕੋਈ ਫਾਇਦਾ ਨਹੀਂ ਹੈ ਤੇ ਮੈਂ ਤਾਂ ਇਸ ਕਰਕੇ ਹੀ ਬਣਾਈ ਵੀਡੀਓ ਵੀ ਕੋਈ ਬੰਦਾ ਆਪਣਾ ਲੈਣ ਚੱਲੇ ਜਾਏ ਜਿਹਨੇ ਆਪਣੇ ਕਾਰ ਹੀ ਕਾਰ ਹੀ ਫਿੱਟ ਕਰਨੀ ਹੋਏ ਕਾਰ 'ਚ ਜਾਂ ਜਿੱਦਾਂ ਟਰੈਕਟਰ 'ਚ ਤਾਂ ਉਹਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਦੁਕਾਨਦਾਰੇ ਫਿਰ ਮੋੜਦੇ ਨਹੀਂ ਹੈ ਸਿਰਫ ਉਹ ਜੇ ਕੋਈ ਕਮੀ ਹੋਵੇ ਚੀਜ਼ 'ਚ ਤਾਂ ਹੀ ਮੋੜਦੇ ਆ ਏਦਾਂ ਉਹ ਮੋੜਨੇ ਲੱਗੇ ਵੀ ਤੁਸੀਂ ਚੇਂਜ ਕਰਕੇ ਦੂਜਾ ਮੰਗੋਗੇ ਜੇ ਆਪਣਾ ਜਾਣਕਾਰ ਆ ਫਿਰ ਤਾਂ ਕੋਈ ਚੱਕਰ ਨਹੀਂ ਹੈ ਤੇ ਮੇਰੇ ਨਾਲ ਏਦਾਂ ਹੋ ਚੁੱਕਿਆ ਇੱਕ ਵਾਰ ਤਾਂ ਐਸੇ ਕਰਕੇ ਮੈਂ Olex ਤੋਂ ਮੰਗਾਈ ਨਾ Amazon ਤੋਂ ਮੰਗਾਈ ਸੀ Amazon ਤੋਂ ਮੈਂ ਇਹਨੂੰ ਰਿਟਰਨ ਕਰਾਂਗਾ ਤੇ ਆਹ ਵਾਲੇ ਮੰਗਾਉਂਗਾ ਜੇ ਆਹ ਵਾਲੇ ਹੋਏ ਵੈਸੇ ਤਾਂ ਮੈਨੂੰ ਲੱਗਦਾ ਹੈ ਨਹੀਂ ਜੇ ਆਹ ਵਾਲੇ ਨਾ ਹੋਏ ਤਾਂ ਮੇਰੇ ਪੈਸੇ ਰਿਫੰਡ ਹੋ ਜੂंगे Amazon Pay ਬੈਲੈਂਸ 'ਚ ਠੀਕ ਹੈ ਜੀ ਇਹ ਕਾਗਲ ਵੀ ਕਲੀਅਰ ਕਰਦਾ ਅਗਰ ਤੁਸੀਂ Amazon ਤੋਂ ਸ਼ੋਪਿੰਗ ਕਰਦੇ ਹੋ ਜਿੱਦਾਂ ਤੇ ਤੁਸੀਂ ਕੋਈ ਚੀਜ਼ ਰਿਟਰਨ ਕਰੀ ਤਾਂ ਉਹਦੇ ਪੈਸੇ ਤੁਹਾਡੇ ਅਕਾਊਂਟ 'ਚ ਨਹੀਂ ਆਉਂਗੇ Amazon Pay ਬੈਲੈਂਸ 'ਤੇ ਚਲੇ ਜਾਣਗੇ ਉਹਦੇ ਜਦ ਤੁਸੀਂ ਦੁਬਾਰਾ ਸ਼ੋਪਿੰਗ ਕਰ ਸਕਦੇ ਹੋ ਮੇਰੇ ਨਾਲ ਵੀ ਹੋ ਚੁੱਕਿਆ ਚਲੋ ਕੋਈ ਨਹੀਂ ਇਹ ਜਿਹੇ ਤਾਂ ਬਹੁਤ ਜੀ ਗੱਲਾਂ ਹੁੰਦੀਆਂ ਜਿਹੜੀ ਹੁੰਦੀ ਰਹਿੰਦੀ ਹੈ ਦਿੱਕਤ ਨਹੀਂ ਲਈਦੀ ਤੇ ਦੂਜੀ ਗੱਲ ਮੈਂ ਜਲਦੀ ਦਿਖਾ ਦਾਂ ਤੇ ਆ ਰੱਖਦਾ ਸਾਈਡ 'ਚ ਤੇ ਵੇਟ ਹਾਂਜੀ ਵੇਟ ਵੀ ਡਬਲ ਹੈ ਕਿਉਂਕਿ ਮੈਗਨੇਟ ਵੱਡਾ ਹੈ ਮਸ ਐਸੀ ਚੀਜ਼ ਤੋਂ ਪਤਾ ਲੱਗ ਜਾਂਦਾ ਹੈ ਕੁਆਲਿਟੀ ਦਾ ਠੀਕ ਹੈ ਜੀ ਤੇ ਆ ਦੇਖੋ ਬਿਲਕੁਲ ਸਾਫ਼ ਸਪੀਕਰ ਆ ਤੇ ਆ ਮੈਂ ਐਦਾਂ ਹੀ ਚੱਕ ਲਿਆ ਗੰਦਾ ਜਿਹਾ ਕਿਉਂਕਿ ਜੋ ਚੀਜ਼ ਦੀ ਕੁਆਲਿਟੀ ਹੋਵੇ ਉਹਨੂੰ ਸਾਫ਼ ਕਰਨ ਦੀ ਯਾਨੀ ਕਿ ਪੋਚੇਵਣ ਦੀ ਲੋੜ ਨਹੀਂ ਪੈਂਦੀ ਉਹ ਕੁਆਲਿਟੀ ਐਦਾਂ ਹੀ ਪਤਾ ਲੱਗ ਜਾਂਦੀ ਆ ਵੀਡੀਓ ਮੈਂ ਇਸ ਕਰਕੇ ਨਹੀਂ ਬਣਾਈ ਕਿਉਂਕਿ ਅਗਰ ਮੈਂ ਵੀਡੀਓ ਬਣਾਉਂਦਾ ਤਾਂ ਆਵਾਜ਼ ਦਾ ਕੋਈ ਸਾਫ਼ ਪਤਾ ਲੱਗਣਾ ਨਹੀਂ ਸੀ ਤੇ ਆ ਦੇਖੋ ਇਹਦੀ ਜਾਲੀ ਆ ਇੱਧਰਲੀ ਹੱਟ ਤੋਂ ਤੇ ਆ ਇੱਧਰਲੀ ਹੱਟ ਤੋਂ ਠੀਕ ਹੈ ਜੀ ਬਸ ਉਹੀ ਗੱਲ ਹੈ ਜਾਲੀ ਜਾਲੀ ਵਧੀਆ ਬਸ ਸਾਈਜ਼ ਵੱਡਾ ਕੀਤਾ ਹੋਇਆ ਹੈ ਨਹੀਂ ਕਿ ਫਰੰਟ ਤੋਂ ਵੱਡੀ ਲਿਖੇ ਬਸ ਤੇ ਪਿੱਛੋਂ ਹੀ ਆਪਣਾ ਹਲਕਾ ਜਿਹਾ ਮਟੀਰੀਅਲ ਤੇ ਆਹ ਦੇਖੋ ਹਾਈਟ ਆ ਇਹਦੇ ਥੱਲੇ ਆ ਗਿਆ ਇੰਨਾ ਕੁ ਫਰਕ ਹੈ ਦੀ ਹਾਈਟ ਦਾ ਵੀ ਇਹ ਆਹ ਦੇਖੋ ਮੈਂ ਤਾਂ 0 ਤੋਂ 10 ਚੋਂ ਕਿ ਦੋ ਤਿੰਨ ਨੰਬਰ ਦਊਂਗਾ 10 ਚੋਂ 10 ਦਾ ਪੁਰਾਣ ਵਧੀਆ ਠੀਕ ਹੈ ਜੀ ਮੈਂ ਤਾਂ ਤਾਂ ਹੀ ਕਿਹਾ ਕਿਉਂ ਆਪਣੇ ਕਿਸੇ ਭਰਾ ਦਾ ਨੁਕਸਾਨ ਹੋਏ ਆਪਣਾ ਆਹੀ ਸਪੀਕਰ ਲਓ ਬਹੁਤ ਵਧੀਆ ਰਹੋਗੇ ਅੱਗੇ ਮੈਂ ਤਾਂ ਪਹਿਲਾਂ ਸੋਚਿਆ ਸੀ ਵੀ ਐ ਸਪੀਕਰ ਦੀ ਪੇਟੀ ਤਿਆਰ ਕਰੂੰਗਾ ਜਿੱਦਾਂ ਪੰਜਾਬ ਵਾਲੀ ਪੇਟੀਆਂ ਚ ਲੱਗੇ ਹੋਏ ਦੀ ਦੇਖੇ ਮੈਂ ਉਹੀ ਗੱਲ ਆ ਬਸ ਇਹਨਾਂ ਦਾ ਥੋੜਾ ਜਿਹਾ ਰੇਟ ਘਟਾ ਇਸ ਕਰਕੇ ਕਹੀਂ ਲਵਾ ਲੈਂਦੇ ਆ ਬਾਕੀ ਇਹ ਕੋਈ ਫਾਇਦੇ ਦਾ ਸੌਦਾ ਨਹੀਂ ਹੈ ਥੋੜੀ ਜੀ ਬਸ ਇਹਦੀ ਵੋਇਸ ਜ਼ਿਆਦਾ ਹੈ ਯਾਨੀ ਕਿ ਟ੍ਰੇਬਲ ਉਹ ਤਾਂ ਤੁਸੀਂ ਐਦਾਂ ਦਾ ਇੱਕ ਟਵਿੱਟਰ ਲਾ ਕੇ ਉਹ ਲਾ ਦੋ ਉਹਦੀ ਫੇਰ ਵੀ ਵੱਜ ਜਾਣੀ ਆ ਪਰ ਐਦੀ ਵੀ ਬਹੁਤ ਜ਼ਬਰਦਸਤ ਆ ਯਾਨੀ ਕਿ ਆਪਣਾ ਵਧੀਆ ਰਹੂਗਾ ਇਹ ਬਿਲਕੁਲ ਕਬਾੜਾ ਬਿਲਕੁਲ ਕਬਾੜੀ ਦੱਸਦਾ ਹੁਣ ਤਾਂ ਮੈਂ ਬਸ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕਿ ਉਹ ਹੈ ਤੇ ਆ ਬੈਸਟ ਆ ਉਸ ਤੋਂ ਬਾਅਦ ਮੈਂ ਦੇਖਾਂਗਾ ਕਿਸੇ ਹੋਰ ਦੀ ਕੰਪੈਰੀਸ਼ਨ ਵੀਡੀਓ ਵੀ ਕਰਾਂਗਾ ਕਹਿਣਾ ਕਿਉਂ ਕਿਸੇ ਦਾ ਨੁਕਸਾਨ ਹੋਣਾ ਆਪਣਾ ਪਹਿਲਾਂ ਆਪਣੇ ਆਪ ਹੀ ਚੱਕ ਕਰਕੇ ਦੇਖ ਲਓ ਠੀਕ ਹੈ ਜੀ ਚਲੋ ਬਾਕੀ ਪਹਿਲਾਂ ਮੈਂ ਐ ਸਪੀਕਰ ਚ ਪੇਟੀ ਬਣਾਣੀ ਸੀ ਹੁਣ ਬਣਾਉਂਗਾ ਇਹਦੇ ਇਹੇ ਸਪੀਕਰਾਂ ਜਿਹੜੀ ਮੇਰੇ ਪਹਿਲਾਂ ਲੱਗੇ ਹੋਈਆਂ ਐ ਐਸੇ ਚ ਕਿਸੇ ਨੂੰ ਪੇਟੀ ਤਿਆਰ ਕਰਕੇ ਦੇਣੀ ਆ ਕਿਸੇ ਨੂੰ ਕੀ ਆਪਣੇ ਮਾਮੇ ਦੇ ਮੁੰਡਿਆਂ ਨੂੰ ਦੇਣੀ ਆ ਤਿਆਰ ਕਰਕੇ ਮੈਂ ਕਿਉਂ ਉਹਨੂੰ ਥੋੜਾ ਜਿਹਾ ਘਟੀਆਂ ਕਿਉਂ ਮਾਲਦੀ ਐ ਆਪਣਾ ਵਧੀਆ ਮਾਲ ਜੀ ਜਦ ਅਗਲਾ ਕਹਿੰਦਾ ਪਿਆ ਵੀ ਪੈਸੇ ਦੀ ਕੋਈ ਦਿੱਕਤ ਨਹੀਂ ਹੈ ਵੀ ਪੈਸੇ ਮੈਂ ਲਾ ਦੂੰਗਾ ਪਰ ਮੈਨੂੰ ਪੇਟੀ ਵਧੀਆ ਚਾਹੀਦੀ ਆ ਉਹ ਪਹਿਲਾਂ ਤਾਂ ਲਵਾਉਣ ਲੱਗਿਆ ਸੀ ਬਾਹਰੋਂ ਪੇਟੀ ਠੀਕ ਹੈ ਜੀ ਪਰ ਉਹਨੇ ਫਿਰ ਮੇਰੀ ਪੇਟੀ ਦੀ ਬਾਤ ਦੇਖੀ ਉਹ ਪਹਿਲਾਂ ਕਹਿੰਦਾ ਸੀ ਕਿ ਤੇਰੀ ਪੇਟੀ ਦੀ ਬਾਜ ਪਟਦੀ ਨਹੀਂ ਬਿਲਕੁਲ ਵੀ ਜੇ ਬਾਹਰੋਂ ਪੇਟੀ ਲਗਾਈ ਹੈ ਉਹਦੀ ਮਿੰਨਾ 2 ਮਿੰਨਾ 6 ਮਹੀਨੇ ਚੱਲ ਕੇ ਬਾਜ ਪਟਣ ਲੱਗ ਜਾਂਦੀ ਹੈ ਪਰ ਤੇਰੀ ਹੁਣੇ ਤੱਕ ਐਦਾਂ ਦੀ ਐਦਾਂ ਪੇਟੀ ਪਈ ਆ ਤਾਂ ਮੈਨੂੰ ਤੁਸੀਂ ਦੀ ਦੇ ਤਿਆਰ ਕਰਕੇ ਮੈਂ ਪਹਿਲਾਂ ਆਪਣੇ ਆਪ ਤਿਆਰ ਕਰਕੇ ਲਾਈ ਹੋਈ ਆ ਠੀਕ ਹੈ ਜੀ ਚਲੋ ਬਾਕੀ ਮੈਂ ਦੀ ਪੇਟੀ ਤਿਆਰ ਕਰਕੇ ਫਿਰ ਵੀਡੀਓ ਪਾਵਾਂਗਾ ਪੇਟੀ ਤਿਆਰ ਕਰਦੇ ਹੋਏ ਹੀ ਪਾਵਾਂਗਾ ਵੈਸੇ ਤਾਂ ਜੇ ਕਿਸੇ ਨੇ ਤਿਆਰ ਕਰਨੀ ਹੋਵੇ ਤਾਂ ਆਪਣੇ ਆਪ ਤਿਆਰ ਕਰ ਸਕਦਾ ਹੈ ਠੀਕ ਹੈ ਜੀ ਓਕੇ ਚਲੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ